ਦੋਸਤੋ ਅੱਜ ਵੀ ਕਾਲ ਕੀ ਹਾਲ ਚਾਲਾ ਲਓ ਦੋਸਤੋ ਹਾਜ਼ਰਾ ਸਿਬਿਆ ਲੈ ਕੇ ਤੁਹਾਡੇ ਵਾਸਤੇ ਬ੍ਰੇਕਿੰਗ ਨਿਊਜ਼ ਬ੍ਰੇਕਿੰਗ ਨਿਊਜ਼ ਦੇ ਵਿੱਚ ਆਪਾਂ ਸ਼ਾਰਟ ਵੀਡੀਓ ਬਣਾ ਰਹੇ ਹਾਂ ਸਪੈਸ਼ਲੀ ਇਹ ਖੁਸ਼ਖਬਰੀ ਹੈ ਜਿਹੜੇ ਮੇਰੇ ਵੀਰਾਂ ਦੇ ਨੂਲੇ ਉਸ ਤੇ ਨਿਕਲ ਚੁੱਕੇ ਸੀਦੇ ਅਪਾਇੰਟਮੈਂਟ ਦੀ ਪ੍ਰੋਬਲਮ ਆ ਰਹੀ ਸੀ ਦਿੱਲੀ ਐਮਬੈਸੀ ਦੇ ਵਿੱਚੋਂ ਇਟਲੀ ਐਮਬੈਸੀ ਨਵੀਂ ਦਿੱਲੀ ਦੇ ਐਮਪਾਇਰਟਮੈਂਟਾਂ ਦਾ ਸਲੋਟ ਹੈ ਜਿਹੜਾ ਦੋਸਤੋ ਖੁੱਲ ਚੁੱਕਾ ਹੁਣੇ-ਹੁਣੇ ਮੇਰੇ ਵੀਰਾਂ ਤੋਂ ਖਬਰਾਂ ਮਿਲੀਆਂ ਮੈਸੇਜ ਆਏ ਆ ਆਪਾਂ ਨੂੰ ਫੋਨ ਆਏ ਆ ਤੇ ਜਿਹੜੇ ਵੀ ਮੇਰੇ ਵੀਰਾਂ ਨੇ ਅਪਾਇੰਟਮੈਂਟਾਂ ਬੁੱਕ ਕਰਾਉਣ ਹੁਣੇ ਹੁਣੇ ਕੰਪਿਊਟਰ ਖੋਲੋ ਲੈਪਟਾਪ ਖੋਲੋ ਕਿਉਂਕਿ ਫੋਨ ਦੇ ਵਿੱਚੋਂ ਅਪਾਇੰਟਮੈਂਟ ਬੁੱਕ ਨਹੀਂ ਹੋ ਰਹੀਆਂ ਦੋਸਤੋ ਤੁਸੀਂ ਅਪਾਇੰਟਮੈਂਟ ਬੁੱਕ ਕਰਾਉਣ ਵਾਸਤੇ ਤੁਹਾਨੂੰ ਲੈਪਟਾਪ ਜਾਂ ਕੰਪਿਊਟਰ ਦੀ ਲੋੜ ਪੈਣੀ ਆ ਸੋ ਹੁਣੇ ਮੇਰੇ ਵੀਰ ਚੱਕੋ ਲੈਪਟਾਪ ਤੇ ਚੱਕੋ ਕੰਪਿਊਟਰ ਤੇ ਇਟਲੀ ਅੰਬੈਸੀ ਨਵੀਂ ਦਿੱਲੀ ਦੀਆਂ ਜਿਹੜੀਆਂ ਅਪਾਇੰਟਮੈਂਟਾਂ ਦਾ स्लॉट ਆ ਜਿਹੜਾ ਮਿਲ ਰਿਹਾ ਇਹ ਮੈਰਿਆ 19 24 25 19 24 26 29 30 31 ਅਗਸਤ ਦੀਆਂ ਜਿਹੜੀਆਂ ਅਪਾਇੰਟਮੈਂਟਾਂ ਆ ਜਿਹੜੀਆਂ ਚੈੱਕ ਹੋ ਰਹੀਆਂ ਜਿਹੜੇ ਮੇਰੇ ਵੀਰਾਂ ਨੇ ਦੱਸਿਆ ਸੋ ਦੋਸਤੋ ਬਹੁਤ ਵੱਡੀ ਖੁਸ਼ਖਬਰੀ ਹੈ ਜਿਹੜੇ ਮੇਰੇ ਵੀਰਾਂ ਨੂੰ ਲੇ ਉਸਤੇ ਨਿਕਲਿਆ ਨੁਕੀਆਂ ਨੂੰ ਦੋ ਦੋ ਮਹੀਨੇ ਹੋ ਚੁੱਕੇ ਸੀ ਅਪਾਇੰਟਮੈਂਟਾਂ ਦੀ ਵੇਟ ਕਰ ਰਹੇ ਸੀ ਸੋ ਹੁਣੇ ਬੁੱਕ ਕਰ ਸਕਦੇ ਆ ਤੁਸੀਂ ਆਨਲਾਈਨ ਵੀ ਬੁੱਕ ਕਰ ਸਕਦੇ ਜੇ ਤੁਸੀਂ ਘੱਟ ਪੜੇ ਲਿਖੇ ਕਿਸੇ ਪੜੇ ਲਿਖੇ ਬੰਦੇ ਨੂੰ ਤੋਂ ਦੇ ਕੋਲ ਜਾ ਕੇ ਕਿਸੇ ਦੇ ਦਫ਼ਤਰ ਜਾ ਕੇ ਜਾਂ ਕਿਤੇ ਵੀ ਜਾ ਕੇ ਕੰਪਿਊਟਰ ਤੋਂ ਜਾਂ ਲੈਪਟਾਪ ਤੋਂ ਜਾਂ ਆਈਪੈਡ ਦੇ ਉੱਤੇ ਤੁਸੀਂ ਅਪਾਇੰਟਮੈਂਟਾਂ ਜਿਹੜੀਆਂ ਇਹ ਬੁੱਕ ਕਰਵਾ ਲਓ ਦੋਸਤੋ ਸੋ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਹੈ ਇਹ ਜਿਹੜੀ ਆ ਰਹੀ ਹੈ ਬਾਕੀ ਜਿਹੜੇ ਮੇਰੇ ਵੀਰ ਪੁੱਛ ਰਹੇ ਸੀ ਬਈ ਅਪਾਇੰਟਮੈਂਟਾਂ ਨਹੀਂ ਮੈ ਰਹੀਆਂ ਸੋ ਅਪਾਇੰਟਮੈਂਟਾਂ ਹੋ ਗਈਆਂ ਓਪਨ स्लਾਟ ਮਿਲ ਰਹੇ ਆ ਦੋਸਤੋ ਇਹ स्लਾਟ ਮਿਲ ਰਹੇ ਆ ਦੋਸਤੋ 19 24 25 26 29 30 31 ਅਗਸਤ ਤੱਕ ਦੇ ਜਿਹੜੀਆਂ ਅਪਾਇੰਟਮੈਂਟਾਂ ਆ ਇਹ ਮੈ ਰਹੀਆਂ ਜਿਹੜੇ ਮੇਰੇ ਵੀਰ ਸਵੇਰੇ ਅੱਜ ਦੱਸ ਰਹੇ ਸੀ ਕੱਲ ਵੀ ਦੱਸ ਰਹੇ ਸੀ ਆਪਣਾ ਕਮੈਂਟਾਂ ਦੇ ਵਿੱਚ 50 50 60 60000 ਰੁਪਿਆ ਮੰਗ ਰਹੇ ਆ ਅਪਾਇੰਟਮੈਂਟਾਂ ਦਾ ਸੋ ਹੁਣ ਦੇਣ ਦੀ ਲੋੜ ਨਹੀਂ ਗਈ ਆਪਣਾ ਹੁਣੇ ਲੈਪਟਾਪ ਤੇ ਕੰਪਿਊਟਰ ਖੋਲੋ ਤੇ ਅਪਾਇੰਟਮੈਂਟਾਂ ਦੋਸਤੋ ਆਪੜੀਆਂ ਬੁੱਕ ਕਰਾਓ ਮਿਲਦੇ ਆਂ ਦੋਸਤੋ ਸ਼ਾਮ ਦੀਆਂ ਖਬਰਾਂ ਤਦ ਤੱਕ ਰਿਹਾ ਗਿਆ ਸਤਿ ਸ਼੍ਰੀ ਅਕਾਲ ਸਾਰਿਆਂ ਬਾਕੀ ਦੋਸਤੋ ਜਿਹੜੇ ਮੇਰੇ ਵੀਰ ਅਪਾਇੰਟਮੈਂਟ ਚੈੱਕ ਲੈਂਦੇ ਆ ਆਪਣੀ ਖਬਰ ਸੁਣ ਕੇ ਕਮੈਂਟ ਕਰਕੇ ਥੱਲੇ ਜਰੂਰ ਦੱਸਿਓ ਆਪਣਾ ਟਾਈਮਿੰਗ ਤੇ ਆਪਣੀ ਅਪਾਇੰਟਮੈਂਟ ਦੀ ਡੇਟ ਜਿਹਦੇ ਚੱਕੀ ਗਈ ਬਹੁਤ ਬਹੁਤ ਧੰਨਵਾਦ ਦੀ ਹੋਵਾਂਗੇ ਸਤਿ ਸ਼੍ਰੀ ਅਕਾਲ